ਬਾਹਰ ਕੀ ਕਰਨਾ ਦਫ਼ਤਰ ਦੇ ਆਓ ਜੀ ਆਓ ਜੀ ਆਇਆਂ ਨੂੰ ਜੀ ਆਇਆਂ ਨੂੰ ਹੋਰ ਵੀਰੇ ਬਹੁਤ ਟਾਈਮ ਬਾਅਦ ਆਇਆ ਯਾਰ ਆਓ ਆ ਜਾਓ ਆ ਦੇਖ ਲੈ ਜਿਵੇਂ ਹੁਣ ਰੋਡ ਬਣ ਗਿਆ ਕਿੰਨਾ ਵਧੀਆ ਰੋਡ ਬਣ ਗਿਆ ਹਨਾ ਹਾਂਜੀ ਪਹਿਲਾਂ ਕਿੰਨੀ ਟ੍ਰੈਫਿਕ ਹੁੰਦੀ ਸੀ ਇੱਥੇ ਹੁਣ ਆਓ ਜੀ ਵੀਰੇ ਆਓ ਆਓ ਜੀ ਆਇਆਂ ਨੂੰ ਜੀ ਆਓ ਇਹ ਆਪਣਾ ਪਾਰਟਨਰ ਹੈ ਯਾਰ ਆਓ ਕੀ ਹਾਲ ਚਾਲ ਹੈ ਠੀਕ ਠਾਕ ਆਪਣਾ ਭਾਣਾ ਬਾਈ ਕੈਨੇਡਾ ਤੋਂ ਆਇਆ ਅੱਛਾ ਬਾਈ ਬਾਹਰ ਆਇਆ ਗੱਲ ਕਰਦੇ ਹੁੰਦੇ ਸੀ ਨਾ ਹਾਂ ਹਾਂ ਅੱਛਾ ਉਹ ਬਾਈ ਇਹ ਬੱਗੀ ਆਪਣਾ ਹੋਰ ਬਾਈ ਬੈਠੋ ਵੀਰੇ ਆਜੋ ਬੈਠੋ ਵੀਰੇ ਬੈਠੋ ਬੈਠੋ ਆਜੋ ਹੋਰ ਬੰਦੇ ਜਾਂਦਾ ਗੱਲ ਕਰ ਰਹੇ ਹੋ ਵਧੀਆ ਦੱਸੋ ਕੀ ਖਾਣ ਖਾਉ ਕੀ ਉਹਨੇ ਕੀ ਕੀ ਬਾਤ ਕੁਛ ਨਹੀਂ ਜਾਣਾ ਤੁਹਾਨੂੰ ਪਤਾ ਛਾਪਾ ਦਾ ਟਾਈਮ ਹੋਰ ਭਈਆ ਬਣਾ ਕਾਰੋਬਾਰ ਆ ਬੱਗੀ ਹਾਂ ਲੈ ਫਿਰ ਕੁਛ ਕਰ ਖਾਣ ਪੀਣ ਦਾ ਹਿਸਾਬ ਤਾਂ ਲੈ ਕੇ ਆਣਾ ਬਿਨਾ ਹਾਂ ਹਾਂ ਜਾਇਆ ਜਾ ਰਿਹਾ ਠੀਕ ਆ ਕਿਵੇਂ ਚੱਲਦਾ ਹੁਣ ਕੰਮਕਾਰ ਫਿਰ ਕੰਮਕਾਰ ਵੀਰੇ ਬਹੁਤ ਵਧੀਆ ਮਾਲਕ ਦੀ ਵਧੀਆ ਕਰ ਰਿਹਾ ਅੱਛਾ ਅੱਛਾ ਮੈਂ ਤਾਂ ਮੰਦਾ ਹੀ ਚੱਲ ਰਿਹਾ ਪੰਜਾਬ 'ਚ ਨਹੀਂ ਬਾਈ ਹੁਣ ਦੁਬਾਰੇ ਫੇਰ ਤੇਜ਼ੀ ਆ ਗਈ ਅੱਛਾ ਅੱਛਾ ਹਾਂ ਬਹੁਤ ਜ਼ਮੀਨਾਂ ਜੂਨਾਂ ਵੇਚ ਰਹੀਆਂ ਨੇ ਸਭ ਕੁਝ ਚੱਲਨੇ ਆ ਅੱਛਾ 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 ਹਾਂ ਰੱਬ ਦੀ ਕਿਰਪਾ ਨਾਲ ਵਧੀਆ ਹੁਣ ਕੰਮ ਇਹ ਮੁੰਡਾ ਕਿੱਥੋਂ ਆਏ ਇਹ ਆਪਣਾ ਆਪਣਾ ਕੋਟ ਦਿੰਨੇ ਵਾਲਾ ਅੱਛਾ 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 ਆਪਣਾ ਦੋਸਤ ਆ ਵਧੀਆ ਮਿੱਤਰੇ ਪਾ ਅੱਛਾ ਅੱਛਾ ਫਿਰ ਤੇ ਇਕੱਠੀ ਕੰਮ ਕਰਦੇ ਸੀ 5-6 ਸਾਲਾਂ ਤੋਂ ਅੱਛਾ 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 ਵਧੀਆ ਚੱਲ ਰਿਹਾ ਬਾਈ ਕੰਮ ਦਾ ਹੁਣ ਅੱਛਾ ਬੁਰਜ ਖਲੀਫਾ ਦਾ ਨਹੀਂ ਸੋਚ ਰਿਹਾ ਬਾਈ ਤੇ ਸਕੀਮਾਂ ਲਾਉਣ ਲਈ ਸਿੱਖ ਕੇ ਦੁੱਧਾ ਡਿਲਰ ਵਾਲੇ ਹੈ ਬਸ ਤੂੰ ਖੜ ਸਹੀ ਬਾਈ ਖਰੀਦ ਲਾਂਗੇ ਤੁਸੀਂ ਮੇਰੀ ਗੱਲ ਸੁਣੋ ਇੱਥੇ ਲੱਗੂ ਆਪਾਂ ਨੂੰ ਟਾਈਮ ਹਾਂ ਆਪਾਂ ਬੜਾ ਖੁੱਲੇ ਮਾਹੌਲ ਚ ਆਪਣੀ ਹਵੇਲੀ ਠੀਕ ਹੈ ਉੱਥੇ ਕਰਾਂਗੇ ਅਜਵਾਇਮੈਂਟ ਆਪਾਂ ਤੈਨੂੰ ਨਹੀਂ ਪਤਾ ਮਣ ਨਾ ਮੈਨੂੰ ਨਹੀਂ ਪਤਾ ਉਹ ਯਾਰ ਬਾਈ ਦੀ ਹਵੇਲੀ ਹੈ ਬਹੁਤ ਸ਼ਾਨਦਾਰ ਬਰਾਂ ਆਪਣੀ ਬਜ਼ੁਰਗਾਂ ਦੀ ਬਜ਼ੁਰਗਾਂ ਦੀ ਚੱਲ ਉਹਨੂੰ ਦਿਖਾਉਣਾ ਬਸ ਲੈ ਚੱਲ ਅੱਜ ਤੈਨੂੰ ਉਹ ਦਿਖਾਉਣਾ ਹਵੇਲੀ ਚੱਲ ਚੱਲ ਇੱਥੇ ਉਹੀ ਮੱਥਾ ਮਾਰੀਆ ਨਾ ਆਪਾਂ ਉੱਥੇ ਚੱਲਦੇ ਆ ਉੱਥੇ ਚੱਲਦੇ ਆ ਹਾਂ ਚੱਲ ਚੱਲੋ ਚਲੋ ਆ ਜਾ ਆ ਜਾ ਆ ਜਾ ਉਹ ਬੱਗੀ ਨੂੰ ਵੀ ਨਾਲ ਹੀ ਲੈ ਚੱਲਾਂਗੇ ਫਿਰ ਹਾਂ ਹਾਂ ਕਰ ਲੈ ਬਾਪ ਜਾਣਾ ਹੈ ਬਾਹਰ ਪਹਿਲਾਂ ਗੱਡੀ ਤੂੰ ਚਲਾ ਤੇ ਦਸਾਬ ਹੋਰ ਯਾਰ ਮੈਂ ਤਾਂ ਚੱਲਦੀ ਨਹੀਂ ਸੀ ਯਾਰ ਮੈਂ ਡਰਕੀ ਖੜੀ ਆ ਬੈਠੋ ਭਾਈ ਬੈਠੋ ਬੈਠੋ ਬੱਚੇ ਬੁੱਚੇ ਕੈਮਰੇ ਤੇਰੇ ਸ਼ਾਮ ਹੋ ਗਈ ਕਰਾਂ ਲੈ ਮੁੰਡੇ ਦਾ ਸ਼ਾਮ ਸ਼ੂਮ ਦਾ ਕਰੀਏ ਕਰਾਂ ਪ੍ਰਬੰਧ ਇਹਨਾਂ ਦਾ ਵੀ ਕਰਾਈਏ ਚੱਲ ਪਟਿਆਲਾ ਤੋਂ ਆਏ ਨੇ ਵੀ ਮੁੰਡੇ ਹੋਰ ਕੈਮੋ ਫਿਰ ਬਸ ਠੀਕ ਆ ਸਿਹਤ ਸੁਤ ਕੈਮਰੇ ਦੇ ਤੇਰੀ ਸਾਡੀ ਭਰਜਾਈ ਕਿਵੇਂ ਆ ਅੱਛਾ ਅੱਛਾ ਭੋਲਿਆ ਭੋਲਿਆ ਮੈਂ ਤੇਰੇ ਬਾਹਰ ਵੀ ਗੱਲਾਂ ਕਰਦਾ ਰਹਿਣਾ ਤੂੰ ਸੰਗਣ ਨਾ ਕਰ ਤੇਰੀ ਸੰਗਣ ਦੀ ਆਦਤ ਗਈ ਬੜਾ ਸੰਗਦਾ ਚੱਲ ਤੂੰ ਐਂ ਕਰ ਸ਼ਾਮ ਦਾ ਪ੍ਰਬੰਧ ਕਰ ਮੁੰਡਿਆਂ ਲਈ ਠੀਕ ਹੈ ਮੈਂ ਇਹਨਾਂ ਨੂੰ ਗੇੜਾ ਫੜਾ ਇੱਧਰ ਦਵਾਉਣਾ ਠੀਕ ਹੈ ਲੋ ਜੀ ਮੈਂ ਹੁਣੇ ਜਾਂਦਾ ਹਾਂ ਹਾਂ ਚੱਲ ਭੋਲਿਆ ਕਰ ਖਾਸੇ ਟਾਈਮ ਦਾ ਕੰਮ ਕਰਦਾ ਲੱਗਦਾ ਹਨਾ ਬਾਈ ਇਹ ਤਾਂ ਪੁਰਾਣਾ ਇਹਦਾ ਤਾਂ ਪਹਿਲਾਂ ਦਾਦਾ ਪਹਿਲਾਂ ਸਾਡੇ ਨਾਲ ਕੰਮ ਕਰਦਾ ਹੁੰਦਾ ਫਿਰ ਇਹਦਾ ਪਿਓ ਇਹਦਾ ਕੰਮ ਕਰਦਾ ਹੁੰਦਾ ਸਾਡੇ ਦਾ ਦਾਦੇ ਨਾਲ ਪੁਰਾਣੀ ਬਣੀ ਹੋਈ ਆ ਯਾਰ ਠੀਕ ਹੈ ਠੀਕ ਹੈ ਤੇ ਆਲੇ ਤੁਹਾਨੂੰ ਦਿਖਾਵਾਂ ਗੇੜਾ ਫੇੜਾ ਮਰਵਾਉਣਾ ਹੈ ਬਾਈ ਜੀ ਦੇਖਿਆ ਕਰਾ ਹਵੇਲੀ ਦਾ ਬਾਈ ਐ ਸਵਰਗ ਲੱਗਦਾ ਜਮਾ ਇੱਥੇ ਤਾਂ ਖਾਸੇ ਟਾਈਮ ਦੀ ਬਣੀ ਲੱਗਦੀ ਹੈ ਨਾ ਇਹ ਤਾਂ ਪਰਦਾਦਾ ਪਰਦਾਦਾ ਨੇ ਪੁਰਾਣੀਆਂ ਨਿਸ਼ਾਨੀਆਂ ਨੇ ਤੈਨੂੰ ਪਤਾ ਹੈ ਕਿੰਨੇ ਸਾਲ ਪੁਰਾਣੀ ਹੈ ਬਾਈ ਇਹ ਬਾਈ ਜੀ ਅੱਛਾ ਇੰਗਲੈਂਡ ਦੇ ਬਤੇਰੀਆਂ ਮਹਾਰਾਣੀਆਂ ਰਾਣੀਆਂ ਮਹਾਰਾਣੀ ਇੱਥੇ ਹੋ ਕੇ ਜਾਂਦੀਆਂ ਰਹੀਆਂ ਨੇਗੀਆਂ ਅੱਛਾ ਅੱਛਾ ਫਿਰ ਤਾਂ ਸ਼ੁਰੂ ਤੋਂ ਸਾਹੀ ਠਾਟ ਵੜ ਰਿਹਾ ਹੈ ਉਹ ਵਾਹਿਗੁਰੂ ਦੀ ਕਿਰਪਾ ਰਹੀ ਆ ਵਾਧੂ ਤੈਨੂੰ ਪਤਾ ਹੀ ਹੈ ਬਾਈ ਅੱਛਾ 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 ਹਾਂ ਆ ਦੇਖੀਏ ਪੁਰਾਣਾ ਬਜ਼ੁਰਗਾਂ ਸਾਡਾ ਰਾਤ ਖੜਾ ਹੈ ਇਹ ਸਾਡੇ ਬਜ਼ੁਰਗਾਂ ਦੇ ਰਾਣੀ ਵੀ ਇੱਥੇ ਤੇ ਕਈ ਵਾਰੀਆਂ ਤੇ ਗਈ ਹੈ ਪਟਿਆਲੇ ਨੂੰ ਇਹ ਜਦੋਂ ਅਸੀਂ ਪਟਿਆਲੇ ਨੂੰ ਜਾਂਦੇ ਹੁੰਦੇ ਨਾ ਰਾਣੀ ਬਹੁਤ ਸਾਡੇ ਪੁੱਲਾਂ ਨਾਲ ਬਹਿ ਕੇ ਗਈ ਆ ਬਜ਼ੁਰਗਾਂ ਨਾਲ ਬਹੁਤ ਆਹੋ ਉਦੋਂ ਘੋੜਿਆਂ ਦੀ ਜਾਂਦੇ ਹੁੰਦੇ ਹੋਰ ਉਦੋਂ ਕਿਹੜਾ ਤੁਹਾਨੂੰ ਪਤਾ ਗੱਡੀਆਂ ਗੁੱਡੀਆਂ ਹੁੰਦੀਆਂ ਸੀ ਪਰ ਗੱਲ ਇਹ ਹੈ ਦੇਖ ਬਾਈ ਬਾਹਰਲੇ ਦੇਸਾਂ 'ਚ ਘੁੰਮਿਆ ਸਾਰੇ ਕਿਤੇ ਘੁੰਮਿਆ ਆ ਕਹਿੰਦਾ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਬਾਈ ਯਾਰ ਇੰਨੀ ਸੌਂਕ ਕੇ ਹਵੇਲੀ ਬਣਾਈ ਆ ਤੁਸੀਂ ਇੰਨੇ ਪੈਸੇ ਲਾ ਕੇ ਪੁਰਾਣੀ ਹਨਾ ਸਾਂਭ ਕੇ ਵੀ ਰੱਖੀ ਆ ਤੁਸੀਂ ਰਹਿੰਦੇ ਕਿਉਂ ਨਹੀਂ ਇੱਥੇ ਉਹ ਵਾਮਨ ਬਾਈ ਤੈਨੂੰ ਕੀ ਦੱਸੀਏ ਹੁਣ ਬਾਈ ਦਾ ਕੈਨੇਡਾ ਦੇਖ ਕਿੱਡਾ ਤਕੜਾ ਕਾਰੋਬਾਰ ਆ ਉਹ ਵੀ ਸਾਹਮਣਾ ਪੈਂਦਾ ਫਿਰ ਬਾਹਰ ਬਿਜ਼ਨਸ ਸੈੱਟ ਆ ਉਹ ਬਾਕੀ ਤੈਨੂੰ ਪਤਾ ਹੀ ਆ ਯਾਰ ਹੁਣ ਜਿਹੜੇ ਹੁਣ ਘਰਦਿਆਂ ਨੂੰ ਹੁਣ ਇਹ ਵਾਤਾਵਰਨ ਨਹੀਂ ਪਸੰਦ ਆਉਂਦਾ ਮੈਨੂੰ ਤਾਂ ਸਾਲੇ ਪੁਰਾਣੀਆਂ ਬਜ਼ੁਰਗਾਂ ਦੀਆਂ ਯਾਦਾਂ ਖਿੱਚੀ ਲਾਉਂਦੇ ਨੇ ਦੂਜੀ ਫੈਮਿਲੀ ਮੈਂਬਰ ਨਹੀਂ ਮੰਨਦੇ ਯਾਰ ਸਾਡੇ ਹੁਣ ਤਾਂ ਗੱਲ ਬਾਈ ਤੇਰੀ ਸੁਣ ਲੱਗੇ ਤੈਨੂੰ ਨਾ ਨਾਮ ਦੇਣ ਵਾਲਾ ਜਿਹੜੀ ਤੂੰ ਇੰਨੀ ਪੁਰਾਣੀ ਬਜ਼ੁਰਗਾਂ ਦੀ ਹਵੇਲੀ ਸਾਂਭ ਕੇ ਰੱਖੀ ਆ
ਜਿਹੜੀ ਸਮਝਦੇ ਨੇ ਮੇਰੇ ਗਏ ਤੋਂ ਬਾਅਦ ਵੀ ਠੀਕ ਹੈ ਬਾਈ ਹਵੇਲੀ ਬਾਈ ਮੈਨੂੰ ਸਾਰੀ ਦਿਖਾ ਅੰਦਰੋਂ ਬਾਹਰੋਂ ਘੁੰਮ ਕੇ ਕਿਵੇਂ ਉਹ ਇੱਥੇ ਤਾਂ ਸਾਰੀਆਂ ਪੁਰਾਣੀਆਂ ਚੀਜ਼ਾਂ ਪਈਆਂ ਨੇ ਹਜੇ ਤਾਂ ਤੂੰ ਵਿੱਚੋਂ ਦੇਖ ਅੱਛਾ ਵਿੱਚੋਂ ਇਹ ਮੈਂ ਤੈਨੂੰ ਇੱਕ ਹੋਰ ਗੱਲ ਦੱਸ ਦੇਣਾ ਅੱਜ ਤੀਕਰ ਜਿਹੜੇ ਹੁਣ ਦੇ ਜਮਾਨੇ ਚ ਮਿਸਤਰੀ ਨਹੀਂ ਤਿਆਰ ਕਰ ਸਕਦੇ ਅੱਛਾ ਬਿਲਕੁਲ ਨਹੀਂ ਤਿਆਰ ਕਰ ਸਕਦੇ ਜਿੱਡਾ ਮਰਜ਼ੀ ਤੂੰ ਇੰਜੀਨੀਅਰ ਲੈ ਜਿੱਡਾ ਮਰਜ਼ੀ ਇਹ ਪਰ ਬਣਾਈ ਟੈਕਨੀਕਲ ਉਹਦੇ ਤਰੀਕੇ ਨਾਲ ਹੋਈ ਹਵੇਲੀ ਤਾਂ ਬਾਈ ਨੇ ਪੂਰੇ ਸੌਂਕ ਨਾਲ ਬਣਾਈ ਕਰਦੀ ਹੈ ਪੁਰਾਣੀ ਵੀ ਬਹੁਤ ਹੈ ਅੱਜ ਦੇ ਟਾਈਮ ਤਾਂ ਕੀਮਤ ਹੀ ਬਹੁਤ ਹੈ ਜੀ ਚੱਲ ਕਰਦੇ ਬਾਈ ਸ਼ਾਮ ਦਾ ਵੀ ਕਰੀ ਜਾਂਦੇ ਆ ਸਾਡਾ ਭੋਲਾ ਕਾਇਮ ਕਰੀ ਜਾਂਦਾ ਉਹ ਸਮਾਨ ਤੇਰੇ ਲਈ ਚਲੋ ਫਿਰ ਬੈਠੀ ਆਪਾਂ ਪਾਤਾ ਪਤੀਲੇ ਚ ਕੁੱਕੜ ਹੋ ਗਿਆ ਲੈ ਦੇਖ ਲਾ ਹੋਰ ਬਾਈ ਬਾਹਰ ਲਾਉਣਾ ਮੰਜੇ ਦੀ ਆਈ ਚੱਲੂ ਸਾਰਾ ਪੈਗ ਸੈਗ ਅੱਜ ਨਾਲੇ ਤੂੰ ਸਾਡੇ ਨਾਲ ਬੈਠ ਕੇ ਲਾਈ ਹਾਂ ਚੀਜ਼ਾਂ ਦਾ ਬਾਈ ਸਾਰੀ ਸਾਂਭ ਸਾਂਭ ਰੱਖੀਆਂ ਨੇ ਹਨਾ ਉਹ ਯਾਰ ਸਾਮੇ ਤਾਂ ਹੀ ਨਾਣੇ ਨੇ ਭੋਲੇ ਵਰਗੇ ਨੇ ਸਾਲਸੀ ਕੀ ਸਾਂਭ ਕੇ ਰੱਖੀਆਂ ਨੇ ਅਸੀਂ ਤਾਂ ਬਾਹਰ ਫਿਰਦੇ ਰਹਿੰਦੇ ਹਾਂ ਸਾਲਸੀ ਮਹੀਨਿਆਂ ਬਾਅਦ ਗਿਟਾਰ ਵੱਜਦਾ ਸਾਲ 'ਚ ਦੋ ਜਾਂ ਤਿੰਨ ਗਿੜੇ ਵੱਜਦੇ ਨੇ ਪਹਿਲਾਂ ਤਾਂ ਇੱਕੀ ਵੱਜਦਾ ਹੁੰਦਾ ਹੁਣ ਦੋ ਤਿੰਨ ਗਿੜੇ ਮਾਰ ਲਈਦੇ ਨੇ ਕਿਉਂਕਿ ਹੁਣ ਤੈਨੂੰ ਪਤਾ ਟਰੈਵਲਿੰਗ ਵੱਧ ਗਈ ਹਿਸਟਰੀ ਹੁਣ ਤਾਂ ਬਾਈ ਜਦੋਂ ਬਸ ਉੱਥੇ ਸਲੋਹ ਪੈਂਦੀ ਆ ਫਿਰ ਇੱਧਰ ਆ ਜਾਂਦਾ ਵਧੀਆ ਆਉਣਾ ਵੀ ਚਾਹੀਦਾ ਇੱਥੇ ਐਡਾ ਵੱਡਾ ਯਾਰ ਇਹਨਾਂ ਦਾ ਸਵਰਾਜ ਪਿਆ ਇੱਥੇ ਆਉਣਾ ਚਾਹੀਦਾ ਗੇੜਾ ਮਾਰਨਾ ਚਾਹੀਦਾ ਸਾਰਾ ਬਾਈ ਨੇ ਸਾਰਾ ਪਿੰਡ ਸਿਫਤ ਕਰਦਾ ਬਾਈ ਦੀ ਇਹ ਗੱਲੋਂ ਡਰਮ ਪੀਣ ਵਾਲੇ ਨੇ ਚੱਲ ਇਹ ਤਾਂ ਵਧੀਆ ਮੇਰੀ ਗੱਲ ਸੁਣੋ ਬਾਈ ਜੀ ਹਾਂ ਫਿਰ ਚੱਲਦੀ ਮਹਿਫਲ ਚੋਂ ਨਹੀਂ ਉੱਠਿਆ ਜਾਣਾ ਸਮਾਨ ਮੈਂ ਲੈ ਕੇ ਆਉਣਾ ਵੱਡਿਆਂ ਵਾਲਿਆਂ ਮੈਨੂੰ ਜਾਣ ਦੋ ਐ ਕਰੋ ਕੱਲੀ ਤਾਂ ਐਵੇਂ ਨਹੀਂ ਪੀਤੀ ਜਾਣੀ ਜਾਂ ਤਾਂ ਫਿਰ ਸ਼ੈਲੀ ਬਾਈ ਤੁਸੀਂ ਜਾਓ ਮੈਂ ਇੱਥੇ ਬਹਿਣਾ ਨਾਲੇ ਭੋਲੇ ਨਾਲ ਗੱਲਾਂ ਬਾਤਾਂ ਕਰਨਾ ਨਹੀਂ ਮੈਂ ਤੇ ਬੱਗੀ ਜਾਂਦੇ ਆ ਅਸੀਂ ਦੋਨੇ ਲੈ ਕੇ ਆਉਣਾ ਸਮਾਨ ਤੁਸੀਂ ਬੈਠੋ ਹੁਣ ਨਹੀਂ ਸਮਾਨ ਇਹਨੂੰ ਸਾਰਾ ਗਣਾ ਦੇ ਪੈਸੇ ਲੈ ਜਾਓ ਮੈਥੋਂ ਨਹੀਂ ਨਹੀਂ ਮੇਰੇ ਪੈਸੇ ਹੈਗੇ ਆ ਬਾਈ ਕਿਉਂ ਫਿਕਰ ਕਰਦੇ ਹੋ ਬਾਈ ਲੈ ਆਉਣਗੇ ਲੈ ਆਉਣਗੇ ਓਏ ਨਹੀਂ ਕੋਈ ਗੱਲ ਨਹੀਂ ਬਾਈ ਅਸੀਂ ਜਾਂਦੇ ਆ ਠੀਕ ਹੈ ਜਾਓ ਫਿਰ ਟੋਟਲ ਸਮਾਨ ਲੈ ਕੇ ਹਾਂ ਹਾਂ ਤੁਸੀਂ ਬੈਠੋ ਗੱਲਾਂ ਕਰੋ ਠੀਕ ਹੈ ਠੀਕ ਹੈ ਮੈਂ ਜਾਊਗਾ ਆ ਜਾ ਫਿਰ ਚਾਹ ਚਲੇ ਬੰਦੇ ਆਪਣੇ ਖਾਸ ਮਿੱਤਰ ਨੇ ਅੱਛਾ ਮੁੰਡਾ ਨਾਲ ਹੀ ਕੰਮ ਕਰਦਾ ਹੁਣ ਤੇਰੇ ਨਾਲ ਹੀ ਆਪਣੇ ਮੇਰੇ ਨਾਲ ਹੀ ਅੱਛਾ 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 ਵਧੀਆ ਐਨ ਵਧੀਆ ਘਰੋਂ ਮੁੰਡਾ ਵਧੀਆ ਕੰਮ ਕਰ ਰਿਹਾ ਅੱਛਾ ਅੱਛਾ ਇਹ ਦੂਜਾ ਮੁੰਡਾ ਵੀ ਨਾਲ ਹੀ ਹੈ ਹਾਂ ਉਹ ਵੀ ਆਪਣਾ ਨਾਲ ਹੁਣ ਤਿੰਨੇ ਤੇਰੇ ਪਾਰਟਨਰ ਨੇ ਤੁਸੀਂ ਤਿੰਨੇ ਹੁਣ ਹਾਂ ਅਸੀਂ ਹੁਣ ਤਿੰਨੇ ਬਾਈ ਪਾਰਟਨਰ ਆ ਜਿਹੜਾ ਭਾਨੇ ਬਾਈ ਉਹ ਵੀ ਟਾਈਮ ਹੁੰਦਾ ਸੀ ਜਦੋਂ ਤੂਰੇ ਹੁੰਦਾ ਸੀ ਕਿੰਨੇ ਨਜ਼ਾਰੇ ਵੱਢਦੇ ਤੇ ਆਪਾਂ ਸਹੀ ਗੱਲ ਆ ਭਦੇਸਾ ਸਾਹਿਬ ਦੇਖ ਲਾ ਜਦੋਂ ਆਪਾਂ ਕਾਲਜ ਜਾਂਦੇ ਹੁੰਦੇ ਸੀਗੇ ਮਹਿੰਦਰਾ ਕਾਲਜ ਤੇਰੇ ਯਾਦ ਹੈ ਤੈਨੂੰ ਯਾਦ ਆ ਕੇਰਾ ਆਪਣੇ ਰਾਜਦੂਤ ਦਾ ਟਾਇਰ ਪਾਟ ਗਿਆ ਸੀ ਉਹ ਯਾਰ ਪੁਰਾਣੀਆਂ ਗੱਲਾਂ ਐ ਤੈਂ ਵੀ ਬੜੇ ਸ਼ੌਂਕ ਨਾਲ ਰੱਖਿਆ ਸੀ ਯਾਰ ਉਹ ਬਸ ਕਰੋ ਬਾਈ ਟਾਉਣਾ ਉਹ ਟਾਈਮ ਲੱਗ ਗਿਆ ਉਹ ਦੂਜਾ ਮੁੰਡਾ ਕਹਿੰਦਾ ਮੈਨੂੰ ਕੰਮ ਹੈ ਅੱਛਾ ਤਾਂ ਕਰਕੇ ਟਾਈਮ ਲੱਗ ਗਿਆ ਹੋਰ ਕੁਝ ਨਹੀਂ ਅੱਛਾ 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 ਮੇਰੇ ਰਲਾ ਲਈਏ ਪੈਗ ਪੁੱਗ ਉਹ ਖਰਚਾ ਆਪਦੇ ਸਾਹ ਤੇਰੀ ਪੁਰਾਣੀ ਆਦਤ ਗਈ ਨਹੀਂ ਅੰਦਰ ਦਾ ਤੇਰੀ ਪੁਰਾਣੀ ਆਦਤ ਜਾਂਦੀ ਦੇਖ ਕੇ ਮੇਰਾ ਮਨ ਲਲਚਾ ਜਾਂਦਾ ਲੈ ਦੱਸ ਕਹਿੰਦੇ ਤੇ ਭੋਲਾ ਕਹਿੰਦਾ ਦਾਰੂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਦਾਰੂ ਦੇ ਸਮੇਂ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਤੁਸੀਂ ਮੰਨੋ ਚਾਹੇ ਨਾ ਮੰਨੋ ਇੱਧਰ ਤੇ ਤੁਹਾਡੀ ਇੱਧਰ ਤੇ ਸਾਡੀ ਉੱਧਰ ਦੀ ਬਿਸਕੀ ਦਾ ਬਹੁਤ ਫਰਕ ਹੈ ਇਹ ਬਾਈ ਗੱਲ ਤੇਰੀ ਤੂੰ ਐ ਕਰੀ ਸਾਡੇ ਏਅਰਪੋਰਟ ਤੋਂ ਲੈ ਕੇ ਬਿਸਕੀ ਚੜ੍ਹ ਜੀ ਇੰਡੀਆ ਦੀ ਖਰਚਾ ਵਿਦੇਸ਼ਾ ਖਰਚਾ ਤੇਰੀ ਕੰਜਰ ਦਾ ਪੁਰਾਣੀ ਆਦਤ ਜਾਂਦੀ ਨੀ
ਦਾਰੂ ਦੇ ਟੀਮ ਨੂੰ ਦੇਖ ਕੇ ਤੂੰ ਲਾਲਾ ਸੱਟਣਾ ਨਾ ਇੱਥੇ ਧਰਪ ਨਾ ਚੱਕ ਤੂੰ ਆਹ ਟੌਂਟ ਮਾਰਨਾ ਨੀ ਹਟਦਾ ਉਹ ਭੋਲੇ ਉਹ ਲੈ ਬੜੇ ਅੰਦਰ ਜਾ ਕੇ ਫੱਟਾ ਜਾ ਕੋਈ ਯਾਰ ਇੱਥੇ ਧਰੀਏ ਉੱਪਰ ਧਰ ਲੋ ਪੱਟ ਸੀਲਾ ਪੱਟਣ ਦਾ ਤੂੰ ਹੀ ਮਾਰਾ ਬਥੇਰਾ ਸੀਲਾ ਪੱਟਣਾ ਸੀਲਾ ਪੱਟਣ ਦੇ ਮਾਹਰ ਹੈ ਤੈਨੂੰ ਸਾਰਾ ਹੀ ਪਤਾ ਟਾਈਮ ਨੂੰ ਹੁਣ ਕਿਹੜਾ ਬੁੜੇ ਹੋ ਗਏ ਆਪਾਂ ਪਾਲਾ ਪਾਲਾ ਆਮਣਿਆ ਮੈਂ ਪਾਉਣਾ ਚਿਕਨੇ ਚ ਬਾਲਾ ਸਮਾਨ ਲਿਆ ਪਤੰਦਰਾ ਇਹਨਾਂ ਦਾ ਖਾਧਾ ਵੀ ਨੀ ਹੁੰਦਾ ਖਾ ਲੈ ਕੰਦਰਾ ਕੁਛ ਨੀ ਹੁੰਦਾ ਇਹਦਾ ਪੁੱਛ ਭਾਨੇ ਬਾਈ ਨੂੰ ਜਦੋਂ ਕਾਲਜ ਟਾਈਮ ਨਾ ਉਹ ਖੜਦਾ ਨੀਟ ਨਾ ਲਾਈ ਬਾਈ ਓਏ ਉਹ ਕਾਣੂ ਲਾਉਣਾ ਪਤੰਦਰਾ ਤੁਹਾਨੂੰ ਬਾਹਰ ਨੂੰ ਆਦਤ ਹੁੰਦੀ ਹੈ ਓ ਮੈਂ ਤੁਹਾਨੂੰ ਗੱਲ ਦੱਸਾਂ ਹਾਂ ਇੱਥੇ ਨਾ ਜਿੰਨੀਆਂ ਕੁੜੀਆਂ ਆਪਣੇ ਪੰਜਾਬ ਦੇ ਇੱਧਰ ਹੁਣ ਨਵੀਆਂ ਜਾਂਦੀਆਂ ਨੇ ਮੈਂ ਕਹਿੰਦਾ ਤੁਹਾਡੇ ਇੱਧਰ ਪੰਜਾਬ ਦੇ ਮੁੰਡੇ ਘੱਟ ਪੈਂਦੇ ਨੇ ਕੁੜੀਆਂ ਉੱਧਰ ਲੈ ਕੇ ਦਾਰੂ ਵੱਧ ਪੀਂਦੇ ਨੇ ਚੱਕ ਵਜ ਦਲੀ ਬਾਈ ਮੈਂ ਤਾਂ ਸੁਣਿਆ ਕੋ ਲੀਲੀ ਦੀ ਬੋਤਲ ਵਾਲੀ ਆ ਕੋਈ ਜੇਮਸਨ ਪਤਾ ਨਹੀਂ ਕਿਹੜੀ ਸਭ ਚੱਲਦਾ ਚੱਲ ਲਾਓ ਫਿਰ ਬਾਲਾ ਠੰਡਾ ਹੋਜੂ ਜਿੰਨੀਆਂ ਕੁੜੀਆਂ ਨਵੀਆਂ ਹੁਣ ਗਈਆਂ ਨੇ ਆ ਪੜ੍ਹ ਕੀ ਪੜ੍ਹ ਜਾਂਦੀਆਂ ਨੇ ਕੁੜੀਆਂ ਸਾਰੀਆਂ ਜਾ ਕੇ ਉਧਰ ਪੈਗ ਲਾਉਂਦੀਆਂ ਨੇ ਸਾਰੀਆਂ ਯਾਰ ਹੋਰ ਯਾਰ ਮੈਂ ਕਿਹਾ ਹਲੇ ਜਿਹੜੇ ਮੁੰਡੇ ਜਾਂਦੇ ਨੇ ਮੁੰਡੇ ਠੀਕ ਨੇ ਹਜੇ ਬਾਹਰ ਕੁੜੀਆਂ ਸਾਰੀਆਂ ਜਾ ਕੇ ਉਧਰ ਲਾਉਂਦੀਆਂ ਨੇ ਸੂਟੇ ਲਾਉਂਦੀਆਂ ਨੇ ਹੋਰ ਗੱਲ ਛੱਡ ਯਾਰ ਕੁੜੀਆਂ ਦਾ ਬੇੜਾ ਗਰਕ ਹੀ ਆ ਬਾਈ ਬਾਈ ਜੀ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰੀ ਆ ਵੀ ਤੁਸੀਂ ਯਾਰ ਆਏ ਹੋ ਫੀਸਾਂ ਲੈ ਕੇ ਨੀ ਆਏ ਹੋ ਪੰਜਾਬ ਚ ਮਾਂ ਪਿਓ ਨੇ ਪੜ੍ਹਨ ਭੇਜਿਓ ਜਿੰਨੀਆਂ ਵੀ ਇਧਰੋਂ ਕੁੜੀਆਂ ਬਾਹਰ ਜਾਂਦੀਆਂ ਨੇ ਆਈਲੈਟਸ ਕਰਕੇ ਇੱਧਰ ਤੁਹਾਡੇ ਪੰਜਾਬ ਵਾਲੇ ਨੂੰ ਆਪਣੇ ਨੂੰ ਲੱਗੀ ਪਈ ਅੱਗ ਵੀ ਮੁੰਡਾ ਵੀ ਨਾਲ ਭੇਜ ਦੇ ਵਿਆਹ ਕਰਕੇ ਜੇ ਤੁਸੀਂ ਬੇਕਾਰ ਕੰਮ ਕਰ ਰਹੇ ਹੋ ਫੁੱਦੂ ਕੰਮ ਕਰ ਰਹੇ ਹੋ ਮੈਨੂੰ ਨਾ ਵਧੀਆ ਲੱਗਿਆ ਟੇਸਟ ਨਹੀਂ ਵਧੀਆ ਲੱਗਿਆ ਮੈਨੂੰ ਇਹਦਾ ਉਹ ਬਾਈ ਤੂੰ ਇੱਕ ਪੈਗ ਹੋਰ ਲਾ ਦੇਖੀ ਤੂੰ ਤਾਂ ਐਸੇ ਨੂੰ ਕਹੇਗਾ ਮੈਂ ਤਾਂ ਨਾਲ ਲੈ ਕੇ ਜਾਣਾ ਤੂੰ ਕਿੱਧਰ ਦਾ ਭਰੇਸਾ ਕਾਲਜ ਵੇਲੇ ਆਪਣੇ ਬਾਪੂ ਵਾਲੀ ਘਰੋਂ ਚੱਕ ਲਵਾਂ ਦੂਜੀ ਚੱਕੋ ਬੋਤਲ ਓਏ ਖੜ ਜਾ ਬਾਈ ਖੜ ਜਾ ਸਾਹ ਲੈਣਾ ਪਹਿਲਾਂ ਬਈ ਆਪਣਾ ਦਾ ਕੰਮ ਹੁਣ ਸੈੱਟ ਆ ਤੂੰ ਬਈ ਗੱਲ ਸੁਣਾ ਕੋਈ ਬਾਹਰ ਦੀ ਯਾਰ ਦੂਜੀ ਬੋਤਲ ਚੱਕੋ ਦੂਜੀ ਦਾ ਧਰ ਲੈਣਾ ਖੜ ਜਾ ਧਰ ਲੈਣਾ ਓਏ ਡੱਟ ਬੱਟਰ ਹੋਇਆ ਦੂਜੀ ਦਾ ਖਾ ਲਓ ਸਾਡੇ ਲੀਵਰ ਗਿਜ ਗਏ ਕਰਦੀ ਨੀ ਨਸ਼ਾ
ਲੀਵਰ ਤੁਹਾਡੇ ਤੋਂ ਅੱਜ ਕਢਾਉਣੇ ਪੈਣੇ ਸਾਰੇ ਬਾਈ। ਲੀਵਰ ਕੀ ਅਸੀਂ ਨਿਕਲ ਗਏ ਆਪਾਂ ਤਾਂ ਖਤਮ ਹੈ ਹਲੀ ਖਤਮ ਹੈ ਲੰਮੇ ਖਤਮ ਹੋ ਜਾਣਾ ਦਾਦਾ ਤੈਨੂੰ ਪਤਾ ਇਹ ਬਜਲੇ ਦਾਰੂ ਨੇ ਕੰਜਰ ਰੇ ਪੀ ਜਾਂਦੇ ਬਾਹਰ ਹਵੇਲੀ ਦੇਖਣ ਨੂੰ ਜੀ ਕਰਿਆ ਅੰਦਰ ਮੈਂ ਗੇੜਾ ਮਾਰ ਕੇ ਆਉਣਾ ਮਾੜਾ ਜਾ ਆਪਣੇ ਮਰਜ਼ੀ ਤੇ ਜੀ ਮਾਰਿਆ ਤੇਰੀ ਹਵੇਲੀ ਹੈ ਆਪਣੇ ਭਾਈ ਦੀ ਹਵੇਲੀ ਹੈ ਆਪਣੀ ਹਵੇਲੀ ਆਪਾਂ ਜਾ ਰਹੇ ਯਾਰ ਵੱਡੇ ਵੱਡੇ ਸਾਹ ਲੈਣ ਨੱਕ ਬੰਦ ਕਰਿਆ ਧੂੰਆਂ ਤਾਂ ਇੱਥੇ ਮਾਰਦਾ ਸਾਲਾ ਜਿਵੇਂ ਸਾਰੇ ਪਰਾਲੀਆਂ ਨੂੰ ਅੱਗ ਲਾਈ ਪਿਆ ਤੁਸੀਂ ਸਾਰਾ ਵਾਤਾਵਰਨ ਖਰਾਬ ਕਰਤਾ ਪਾਨੇ ਬਾਈ ਤੁਹਾਡੀ ਤਾਂ ਉਮਰ ਵੱਧ ਗਈ ਉਮਰ ਅਸੀਂ ਕੀ ਕਰੀਏ ਮਜ਼ਬੂਰ ਆ ਅੱਗ ਨੀ ਲਾਉਂਦੇ ਤਾਂ ਮਰਦੇ ਆ ਲਾਉਣੇ ਆ ਤਾਂ ਮਰਦੇ ਆ ਉਪਰੋਂ ਤੁਸੀਂ ਬਾਹਰ ਬੈਠੇ ਕਹੀ ਜਾਂਦੇ ਪੰਜਾਬ ਵਾਲੇ ਅੱਗ ਲਾਉਂਦੇ ਉਹ ਤੁਸੀਂ ਵੀ ਤਾਂ ਇੱਥੋਂ ਹੀ ਕਿਉਂ ਪਤੰਦਰੋ ਤੁਸੀਂ ਐਂ ਦੱਸੋ ਇੰਨੇ ਵਧੀਆ ਤੁਸੀਂ ਮੌਸਮ ਚ ਰਹੇ ਨੇ ਤੁਹਾਡੀਆਂ ਦਾ ਸ਼ਕਲਾਂ ਦੇਖ ਲੈ ਸਿਉ ਵਰਗੇ ਤੇ ਗੱਲਾਂ ਹੋ ਗਈਆਂ ਪਾਨਾ ਤੂੰ ਆਪੇ ਦੇਖ ਜਦੋਂ ਤੂੰ ਉਰੇ ਹੁੰਦਾ ਸੀ ਕਾਲਾ ਹੁੰਦਾ ਸੀ ਮਰਾੜ ਵਰਗਾ ਸਾਡੇ ਭੋਲੇ ਵਰਗੇ ਦਾ ਇੱਥੇ ਖੇਡਦੇ ਤੁਰੇ ਫਿਰਦੇ ਰਹੇ ਅੰਦਰ ਕੁਛ ਹੈਗਾ ਬਾਈ ਯਾਰ ਸੌਣ ਲੱਗੇ ਯਾਰ ਅੰਦਰ ਕੁਛ ਹੈਗਾ ਯਾਰ ਬਾਈ ਯਾਰ ਕੁਛ ਨੀ ਹੈਗਾ ਮਨ ਯਾਰ ਸਾਡੀ ਤੂੰ ਗੱਲ ਯਾਰ ਬਾਈ ਤੁਸੀਂ ਨਾ ਮੰਨੋ ਅੰਦਰ ਤਾਂ ਬਾਈ ਬਣ ਕੇ ਕੁਛ ਹੈਗਾ ਤੁਸੀਂ ਮੈਨੂੰ ਗੱਲ ਮੰਨ ਲਓ ਯਾਰ ਮੈਂ ਇਹੋ ਜਿਹੀਆਂ ਗੱਲਾਂ ਦਾ ਯਕੀਨ ਨੀ ਕਰਦਾ ਠੀਕ ਆ ਬਾਲਾ ਕਰਦਾ ਬਦੇਸੇ ਪੈਗ ਪਾ ਅੰਦਰ ਚੱਲ ਕੇ ਦੇਖ ਲੈਣੇ ਯਾਰ ਅੰਦਰ ਚੱਲਦਾ ਪੈਗ ਪਾਓ ਚੱਲਦਾ ਮੈਂ ਨੀ ਅੰਦਰ ਜਾਂਦਾ ਮੈਨੂੰ ਪੈਗ ਲਾਉਣੇ ਆਪਾਂ ਹੋਰ ਮੇਰੇ ਤਾਂ ਸਾਰੀ ਲੈਗੀ ਯਾਰ ਪੀਤੀ ਹੋਈ ਯਾਰ ਅੰਦਰ ਤਾਂ ਬਾਈ ਕੁਛ ਹੈਗਾ ਯਾਰ ਅੰਦਰ ਯਾਰ ਜਿਵੇਂ ਭੂਤ ਜਾਂ ਜਿੰਨ ਹੁੰਦਾ ਬਾਈ ਸੌਣ ਲੱਗੀ ਆਪਾਂ ਤਾਂ ਅੱਜ ਤੱਕ ਕਦੇ ਸੁਣੀ ਨਹੀਂ ਮੈਂ ਨੀ ਹਜੇ ਬਲੀਵ ਕਰਿਆ ਬਦੇਸੇ ਪਹਿਲਾਂ ਮੇਰੇ ਨਾਲ ਕਿੰਨੇ ਵਾਰੀ ਮੈਨੂੰ ਤਾਂ ਅੰਦਰ ਉਦੋਂ ਪਹਿਲਾਂ ਗਿਆ ਮੈਂ ਸੋਹਣਾ ਲੱਗਿਆ ਮੈਂ ਤਾਂ ਕਿਹੜਾ ਮਾਰਨ ਵੱਜ ਗਿਆ ਪੀਤੀ ਚ ਮੇਰਾ ਸਵਾਲ ਲੈਂਦਾ ਸੀ ਯਾਰ ਪੱਗ ਪਾ ਪਾਨੇ ਬਾਈ ਯਾਰ ਇਹਦਾ ਡਰ ਗਿਆ ਬਸ ਮੋਟਾ ਜਿਹਾ ਪੱਗ ਪਾ ਯਾਰ ਮੇਰੇ ਵੀ ਬਾਈ ਬਣ ਕੇ ਮੋਟਾ ਜਿਹਾ ਪਾਉਣਾ ਪਹਿਲਾਂ ਇਸ ਨੂੰ ਲਵਾ ਲੈ ਬਾਈ ਮਿਲਾਪ ਦੱਸੇ ਬਾਈ ਮੇਰੀ ਤਾਂ ਲੈ ਗਈ ਨੀਟੇ ਮਾਰ ਪਾਣੀ ਨੂੰ ਕੀ ਆ ਤੂੰ ਮਾਰ ਮਾੜਾ ਐ ਤਾਂ ਰੋਜ ਤਾਂ ਆਪਾਂ ਖੇਤਾਂ ਚ ਦੇਖਦੇ ਆ ਕਿਤੇ ਭੂਤਾਂ ਵੀ ਤੁਰੀਆਂ ਫਿਰਦੀਆਂ ਯਾਰ ਚੱਲ ਅੰਦਰ ਚੱਲਦੇ ਆ ਚੱਲਦੇ ਆਪਾਂ ਪੈਗ ਹੋਰ ਤੂੰ ਹੋਰ ਲਾ ਪਹਿਲਾਂ ਇੱਕ ਪੈਗ ਲੈ ਸਾਰੀ ਰਾਤ ਤੁਸੀਂ ਆਪ ਦੇਖੋਗੇ ਨਾ ਤੁਹਾਨੂੰ ਪਤਾ ਯਕੀਨ ਨਾਲ ਕਲੋਲਾ ਕਰਦਾ ਕਰ ਲਾ ਓਏ ਚੱਲ ਬਾਈ ਪਾਨੇ ਦੇਖੀਏ ਕਿਹੜੀ ਭੂਤ ਮੈਨੂੰ ਨਾ ਪਾਲੀ ਬਾਈ ਮੈਥੋਂ ਤਾਂ ਉੱਠਿਆ ਮੈਂ ਪੈਨੂੰ ਉਹਦੇ ਯਾਰ ਪਾ ਪੈਗਾ ਆਇਆ ਬਲੇਦੀ ਆ ਸਾਡੇ ਵਾਲੀ ਵੀ ਨਹੀਂ ਪਾ ਰਹੇ ਤੂੰ ਪੈਗ ਲਾਸਟ ਲਾ ਵੀ ਲਾ ਯਾਰ ਇਹ ਲਾਸਟ ਪੈਗਾ ਫੜ ਪਾ ਚੱਕ ਬਾਈ ਬੰਨੇ ਆ ਇੱਕ ਲਾ ਲੈ ਬਸ ਲਾ ਯਾਰ ਨਾ ਵੀ ਲਾ ਲਾ ਤੂੰ ਲਾ ਲਾ ਯਾਰ ਮੇਰਾ ਟਰਾ ਲਾ ਬਾਈ ਮੈਨੂੰ ਸੈਟਲ ਕੰਮ ਹੋ ਗਿਆ ਹਾਏ ਮੇਰੀ ਜਾਨ ਮੇਰਾ ਪੁਰਾਣਾ ਫੇਰ ਜ਼ਿਆਦਾ ਹੀ ਜਾਂਦਾ
ਮੇਰੀ ਪੁਰਾਣੀ ਯਾਦ ਮਹਿੰਦਰਾ ਕੌਣ ਓਏ ਬਦੇਸੇ ਮੂਤ ਕਰਕੇ ਹੁਣ ਯਾਰ ਮੈਂ ਬਦੇਸੇ ਬਾਸ ਯਾਦ ਆਉਂਦੀ ਆ ਮੇਰੇ ਯਾਰ ਮੇਰੇ ਬਹੁਤ ਦਾਰੂ ਘੱਟ ਵੇਦੀ ਆ ਲਵ ਯੂ ਯਾਰ ਲਵ ਯੂ ਕਹਿੰਦੇ ਭੂਤ ਹੈ ਤੇਰਾ ਉਹ ਕੀ ਬੋਲ ਉਹ ਕੀ ਬੋਲ ਉਹ